ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਅਸੀਂ ਉਰਵੀ ਕਿਚਨ ਦੇ ਵਿੱਚ ਇੱਕ ਈਵਨਿੰਗ ਸਨੈਕ ਲੈ ਕੇ ਆਏ ਹਾਂ। ਇਹ ਸਨੈਕ ਹੈਲਦੀ ਦੇ ਨਾਲ ਨਾਲ ਬੱਚਿਆਂ ਲਈ ਵੀ ਬਹੁਤ ਵਧੀਆ ਹੈ। ਸੈਂਡਵਿਚ ਤਾਂ ਤੁਸੀਂ ਬਹੁਤ ਤਰੀਕੇ ਦਿਖਾਉਂਦੇ ਹੋਣਗੇ, ਲੇਕਿਨ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸਪੈਸ਼ਲ ਕਾਲੇ ਚਨੇ ਦਾ ਸੈਂਡਵਿਚ। ਇਹਦੇ ਲਈ ਅਸੀਂ ਲਵਾਂਗੇ ਇੱਕ ਕਟੋਰੀ ਪਿੱਗੇ ਹੋਏ ਕਾਲੇ ਚਨੇ, ਜੋ ਕਿ ਅਸੀਂ ਰਾਤ ਨੂੰ ਪਿਗੋ ਦਿੱਤੇ ਸੀ। ਇਹਨੂੰ ਅਸੀਂ ਹੁਣ ਇੱਕ ਪੈਨ ਦੇ ਵਿੱਚ ਪਾਵਾਂਗੇ। ਪੈਨ ਸਾਡਾ ਗਰਮ ਹੋ ਚੁੱਕਿਆ, ਹੁਣ ਅਸੀਂ ਇਹਦੇ ਵਿੱਚ ਥੋੜਾ ਬਟਰ ਪਾਵਾਂਗੇ, ਨਾਲ ਕਾਲੇ ਚਨੇ ਵੀ ਐਡ ਕਰ ਦਾਂਗੇ। ਹੁਣ ਅਸੀਂ ਗੈਸ ਨੂੰ ਸਿਮ ਕਰ ਦਵਾਂਗੇ ਤੇ ਇਹ ਕਾਲੇ ਚਨੇ ਨੂੰ ਥੋੜਾ ਜਿਹਾ ਹਿਲਾ ਕੇ ਢੱਕ ਦਵਾਂਗੇ। ਇਹ 2-3 ਮਿੰਟ ਤੱਕ ਹੀ ਤੁਹਾਡੇ ਕਾਲੇ ਚਨੇ ਜੋ ਹੈ ਪੱਕ ਜਾਣਗੇ। ਫਿਰ 2-3 ਮਿੰਟ ਹੋ ਗਏ ਆ, ਹੁਣ ਅਸੀਂ ਗੈਸ ਨੂੰ ਆਫ ਕਰ ਦਾਂਗੇ ਤੇ ਆਪਣੇ ਚਨਿਆਂ ਨੂੰ ਚੈੱਕ ਕਰ ਲਵਾਂਗੇ। ਚਨੇ ਹੁਣ ਸਾਡੇ ਰੈਡੀ ਹੋ ਚੁੱਕੇ ਹੈ, ਇਹਨਾਂ ਨੂੰ ਹੁਣ ਠੰਡਾ ਹੋਣ ਦਵਾਂਗੇ। ਚਨੇ ਹੁਣ ਸਾਡੇ ਠੰਡੇ ਹੋ ਗਏ ਹੈ, ਹੁਣ ਅਸੀਂ ਇਹਨੂੰ ਮੈਸ਼ਰ ਨਾਲ ਮੈਸ਼ ਕਰ ਲਵਾਂਗੇ। ਹੁਣ ਇਹ ਮੈਸ਼ ਕੀਤੇ ਚਨਿਆਂ ਨੂੰ ਅਸੀਂ ਬਾਉਲ ਵਿੱਚ ਟ੍ਰਾਂਸਫਰ ਕਰ ਲਾਂਗੇ। ਨਾਲ ਹੀ ਹੁਣ ਅਸੀਂ ਇਹਦੇ ਵਿੱਚ ਅੱਧਾ ਕੱਟਿਆ ਹੋਇਆ ਪਿਆਜ਼ ਤੇ ਅੱਧਾ ਕੱਟਿਆ ਹੋਇਆ ਟਮਾਟਰ ਵੀ ਐਡ ਕਰ ਦਾਂਗੇ। ਹੁਣ ਅਸੀਂ ਇਹਦੇ ਵਿੱਚ ਹਰਮਨ ਪਿਆਰਾ ਧਨੀਆ ਪਾਵਾਂਗੇ, ਜੋ ਕਿ ਬੱਚਿਆਂ ਦੀ ਆਈ ਸਾਈਡ ਲਈ ਬਹੁਤ ਵਧੀਆ ਹੁੰਦਾ। ਚੀਜ਼ ਜ਼ਰੂਰ ਐਡ ਕਰੋ, ਚੀਜ਼ ਸੈਂਡਵਿਚ ਵਿੱਚ ਚੀਜ਼ ਨਾ ਹੋਵੇ ਤੇ ਗੱਲ ਨਹੀਂ ਬਣਦੀ। 2 ਚਮਚ ਚੀਜ਼ ਪਾਵਾਂਗੇ। ਹੁਣ ਅਸੀਂ ਇਹਦੇ ਵਿੱਚ 1 ਚਮਚ ਚਾਟ ਮਸਾਲਾ ਐਡ ਕਰਾਂਗੇ, 1 ਚਮਚ ਨਮਕ ਐਡ ਕਰਾਂਗੇ। ਨਮਕ ਥੋੜਾ ਆਪਣੇ ਸਵਾਦ ਅਨੁਸਾਰ ਹੀ ਪਾਣਾ, ਕਿਉਂਕਿ ਚੀਜ਼ ਦੇ ਵਿੱਚ ਵੀ ਥੋੜਾ ਨਮਕ ਹੁੰਦਾ। ਇਹਦੇ ਵਿੱਚ ਹੁਣ ਅਸੀਂ 1 ਚਮਚ ਕਾਲੀ ਮਿਰਚ ਐਡ ਕਰਾਂਗੇ। ਹੁਣ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ। ਗ੍ਰਿਲਰ ਨੂੰ ਅਸੀਂ ਪਹਿਲੇ ਹੀ ਆਨ ਕਰ ਲਿਆ ਸੀ, ਗ੍ਰਿਲਰ ਸਾਡਾ ਗਰਮ ਹੋ ਚੁੱਕਾ ਹੈ। ਹੁਣ ਅਸੀਂ ਬ੍ਰੈਡ ਦਾ 1 ਸਲਾਈਸ ਲਵਾਂਗੇ, ਇਹਦੇ ਉੱਪਰ ਅਸੀਂ ਫਿਲਿੰਗ ਨੂੰ ਭਰਾਂਗੇ। ਦੂਸਰੇ ਸਲਾਈਸ ਨਾਲ ਹੁਣ ਅਸੀਂ ਇਹਨੂੰ ਕਵਰ ਕਰਕੇ ਗ੍ਰਿਲਰ ਦੇ ਅੰਦਰ ਰੱਖ ਦਾਂਗੇ। ਹੁਣ ਅਸੀਂ ਇਹਦੇ ਉੱਤੇ ਥੋੜਾ ਥੋੜਾ ਬਟਰ ਲਗਾ ਦਾਂਗੇ ਤੇ ਗ੍ਰਿਲਰ ਨੂੰ ਬੰਦ ਕਰ ਦਾਂਗੇ। ਜਦੋਂ ਸਾਡੇ ਗ੍ਰਿਲਰ ਦੀ ਲਾਈਟ ਗ੍ਰੀਨ ਹੋ ਜਾਏਗੀ, ਫਿਰ ਅਸੀਂ ਇਹਨੂੰ ਨਿਕਾਲ ਕੇ ਚੈੱਕ ਕਰ ਲਾਂਗੇ। ਹੁਣ ਸਾਡਾ ਸੈਂਡਵਿਚ ਪੂਰਾ ਰੈਡੀ ਹੋ ਚੁੱਕਾ ਹੈ, ਇਹਦੇ ਤੇ ਬੜਾ ਅੱਛਾ ਕਲਰ ਆ ਗਿਆ, ਦੇਖੋ ਇਹ ਪੂਰੀ ਤਰ੍ਹਾਂ ਪੱਕ ਗਿਆ। ਹੁਣ ਅਸੀਂ ਇਹਨੂੰ ਪੀਸਿਸ ਵਿੱਚ ਕੱਟ ਕਰ ਲਵਾਂਗੇ। ਵਾਓ, ਹੁਣ ਸਾਡਾ ਚਨੇ ਦਾ ਚੀਜ਼ ਸੈਂਡਵਿਚ ਬਣ ਕੇ ਰੈਡੀ ਹੋ ਚੁੱਕਾ ਹੈ। ਇਹਨੂੰ ਅਸੀਂ ਹੁਣ ਸੌਸ ਨਾਲ ਸਰਵ ਕਰਾਂਗੇ। ਇਹ ਸੈਂਡਵਿਚ ਬਹੁਤ ਹੀ ਹੈਲਦੀ ਤੇ ਟੇਸਟੀ ਹੈ, ਇਹਨੂੰ ਆਪਣੇ ਘਰ ਵਿੱਚ ਇੱਕ ਵਾਰ ਜ਼ਰੂਰ ਜ਼ਰੂਰ ਟਰਾਈ ਕਰੋ। ਤੇ ਐਵੇਂ ਦੀਆਂ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ। ਬਾਏ।